ਪੰਜਾਬ ਦੇ ਲੁਧਿਆਣਾ ਦੀ ਇੱਕ ਅਦਾਲਤ ਨੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਹਨਾਂ ਦੀ ਦੂਜੀ ਪਤਨੀ ਅਮਰਜੋਤ ਕੌਰ ਤੇ ਦਿਲਜੀਤ ਦਸਾਂਝ ਦੀ ਬਾਇਓਪਿਕ ਜੋੜੀ ਤੇਰੀ ਮੇਰੀ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਹੈ। ਇਹ ਫਿਲਮ 5 ਮਈ ਨੂੰ ਰਿਲੀਜ਼ ਹੋਣੀ ਹੈ। ਸਿਵਲ ਜੱਜ ਜੂਨੀਅਰ ਡਿਵੀਜ਼ਨ ਕਰਨਦੀਪ ਕੌਰ ਨੇ ਗਾਇਕ ਅਦਾਕਾਰ ਦਿਲਜੀਤ ਦੋਸਾਂਝ, ਨਿਮਰਤ ਖਹਿਰਾ, ਚਮਕੀਲਾ ਦੀ ਪਤਨੀ ਗੁਰਮੇਲ ਕੌਰ, ਰਿਦਮ ਬੋਇਜ਼ ਇੰਟਰਟੇਨਮੈਂਟ ਪ੍ਰਾਈਵੇਟ ਲਿਮਿਟਡ ਦੇ ਕਾਰਜ ਗਿੱਲ ਨੂੰ ਸਮਨ ਜਾਰੀ ਕਰਨ ਦਾ ਹੁਕਮ ਦਿੱਤਾ ਹੈ ਅਤੇ ਦਿਲਜੀਤ ਮੋਸ਼ਨ ਫਿਲਮਸ ਦੇ ਦਿਲਜੀਤ ਥਿੰਨ ਸੁਣਵਾਈ ਦੀ ਅਗਲੀ ਤਰੀਕ 8 ਮਈ ਤੱਕ ਵਾਪਸ ਆਉਣ ਯੋਗ ਹਨ। ਇਹ ਹੁਕਮ ਕੁਝ ਹਫ਼ਤਿਆਂ ਬਾਅਦ ਆਇਆ ਹੈ ਜਦੋਂ ਲੁਧਿਆਣਾ ਦੀ ਇੱਕ ਹੋਰ ਅਦਾਲਤ ਨੇ ਚਮਕੀਲਾ ਸਿਰਲੇਖ ਵਾਲੇ ਜੋੜੇ 'ਤੇ ਇੱਕ ਹੋਰ ਬਾਇਓਪਿਕ ਦੇ ਪ੍ਰਸਾਰਣ, ਰਿਲੀਜ਼ ਅਤੇ ਸਟ੍ਰੀਮਿੰਗ 'ਤੇ ਰੋਕ ਲਗਾ ਦਿੱਤੀ ਸੀ। ਇਸ਼ਦੀਪ ਸਿੰਘ ਰੰਧਾਵਾ ਵਰਸਿਸ ਗੁਰਮੇਲ ਕੌਰ, ਜਿਹੜਾ ਬੇਸਿਕਲੀ ਇਹ ਦੋ ਮੈਟਰ ਹੈਗੇ ਆ ਜੀ। ਪਹਿਲਾ ਮੈਟਰ ਜਿਹੜਾ ਹੈਗਾ ਉਹ ਬੋਲੀਵੁੱਡ ਵਾਲਾ ਹੈਗਾ, ਉਸਦੇ ਵਿੱਚ 5 ਡਿਫੈਂਡੈਂਟ ਬਣਾਏ ਗਏ ਜੀ। ਗੁਰਮੇਲ ਕੌਰ ਪਹਿਲੀ ਹੈਗੀ ਹੈ, ਸੈਕਿੰਡ ਰਿਲਾਇੰਸ ਇੰਡਸਟਰੀਜ਼ ਹੈਗੀ ਹੈ, ਔਰ ਜਿਹੜੇ ਥਰਡ ਨੇ ਉਹ ਇਮਤਿਆਜ਼ ਅਲੀ ਡਾਇਰੈਕਟਰ ਨੇ, ਚੌਥੇ ਦਿਲਜੀਤ ਦੋਸਾਂਝ ਹੈਗੀ ਹੈ ਜੀ, ਔਰ ਪੰਜਵਾਂ ਇਸਦੇ ਵਿੱਚ ਨੀਤੀ ਚੋਪੜਾ ਹੈਗੇ ਆ ਜੀ। ਇਹਨਾਂ ਪੰਜਾਂ ਨੂੰ ਸਮਨ ਜਾਰੀ ਹੋ ਚੁੱਕੀ ਹੈ ਜੀ। ਔਰ ਬੇਸਿਕ ਜਿਹੜਾ ਹੈਗਾ ਸੀਗਾ ਤਾਂ ਜਿਹੜੇ ਪਲੇਨਟਿਫ ਹੈਗੇ ਆ ਇਹਦੇ 'ਚ, ਜਿਹੜੇ ਬੱਚਿਆਂ ਨੇ ਕੇਸ ਫਾਈਲ ਕੀਤਾ ਹੈਗਾ, ਕੇਸ ਫਾਈਲ ਕੀਤਾ ਗਿਆ, ਉਹ ਗੁਰਦੇਵ ਸਿੰਘ ਰੰਧਾਵਾ ਦੇ ਬੱਚੇ ਨੇ ਜੀ। ਗੁਰਦੇਵ ਸਿੰਘ ਰੰਧਾਵਾ ਨੇ ਇੱਕ ਕੰਟਰੈਕਟ ਸਾਈਨ ਕੀਤਾ ਸੀਗਾ ਗੁਰਮੇਲ ਕੌਰ, ਜੋ ਕਿ ਵਿਡੋ ਨੇ ਅਮਰ ਸਿੰਘ ਚਮਕੀਲਾ ਜੀ ਦੀ, ਉਹ ਅਕਤੂਬਰ 2012 ਦੇ ਵਿੱਚ ਸਾਈਨ ਕੀਤਾ ਗਿਆ ਸੀ। ਔਰ ਇਸ ਤੋਂ ਬਾਅਦ ਗੁਰਮੇਲ ਸਿੰਘ ਰੰਧਾਵਾ ਨੇ ਉਹਦੇ 'ਤੇ ਕੰਮ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਕਾਫੀ ਸਾਰਾ ਪੈਸਾ ਖਰਚ ਕਰਕੇ ਉਹਦੇ 'ਤੇ ਕਾਫੀ ਸਾਰੇ ਸੀਨ ਜਿਹੜੇ ਸੀ ਉਹ ਰਿਕਾਰਡ ਕੀਤੇ, ਕਾਫੀ ਸਾਰੇ ਗਾਣੇ ਜਿਹੜੇ ਸੀ ਉਹ ਰਿਕਾਰਡ ਕੀਤੇ ਗਏ ਸੀ। ਇਸੇ ਇਹਦਾ ਬਾਇਓਪਿਕ ਬਣਾਉਣ ਲਈ ਬਾਇਓਗ੍ਰਾਫੀ ਜਿਹੜੀ ਬਣ ਰਹੀ ਸੀਗੀ ਅਮਰ ਸਿੰਘ ਚਮਕੀਲਾ ਦੀ, ਜੋ ਕਿ ਗੁਰਦੇਵ ਸਿੰਘ ਰੰਧਾਵਾ ਬਣਾ ਰਹੇ ਸਨ, ਉਹਨਾਂ ਨੇ ਫੋਰਨ ਦੇ ਵਿੱਚ ਵੀ USA ਦੇ ਵਿੱਚ ਔਰ ਕੈਨੇਡਾ ਦੇ ਵਿੱਚ ਵੀ ਗਾਣੇ ਸ਼ੂਟ ਕੀਤੇ ਸੀ ਔਰ ਸੀਨ ਜਿਹੜੇ ਸੀ ਉਹ ਸ਼ੂਟ ਕੀਤੇ ਸੀਗੇ। ਬਟ ਅਨਫੋਰਚੁਨੇਟਲੀ ਉਹਨਾਂ ਦੀ 2022 ਦੇ ਨਵੰਬਰ ਦੇ ਵਿੱਚ ਡੈਥ ਹੋ ਗਈ ਗੁਰਦੇਵ ਸਿੰਘ ਰੰਧਾਵਾ ਦੀ। ਤਾਂ ਉਹਦੇ ਬੱਚਿਆਂ ਨੂੰ ਵੀ ਪਤਾ ਲੱਗਿਆ ਕਿ ਇਹ ਹੁਣ ਇੱਕ ਫਿਲਮ ਬਣ ਰਹੀ ਹੈਗੀ ਹੈ, ਤਾਂ ਕਿਉਂਕਿ ਕੰਟਰੈਕਟ ਸਾਈਨ ਸੀਗਾ ਉਹਨਾਂ ਦੇ ਫਾਦਰ ਨਾਲ, ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਵਾਰਸਾਨ ਵੀ ਪਾਬੰਦ ਰਹਿਣਗੇ, ਉਹਨਾਂ ਦੇ ਬੱਚੇ ਜਾਂ ਦੋਨਾਂ ਹਿੱਤਾਂ ਦੇ ਪਾਬੰਦ ਰਹਿਣਗੇ। ਇਸ ਕਰਕੇ ਉਹਨਾਂ ਦੇ ਸਨ ਇਸ਼ਦੀਪ ਰੰਧਾਵਾ ਨੇ ਔਰ ਦੂਸਰੇ ਬੱਚੇ ਨੇ ਇੱਥੇ ਕੇਸ ਫਾਈਲ ਕੀਤਾ ਹੈਗਾ, ਜਿਸਦਾ ਸੁਣਵਾਈ ਕਿ ਹਰਸਿਮਰਨਜੀਤ ਸਿੰਘ ਆਨਰੇਬਲ ਕੋਰਟ ਦੇ ਵਿੱਚ ਡਿਸਾਈਡ ਕੀਤਾ ਗਿਆ ਕਿ 3 ਤਿੰਨ 2023 ਨੂੰ ਉਹਦੇ ਵਿੱਚ ਫਿਲਮ ਰਿਲੀਜ਼ 'ਤੇ ਸਟੇਅ ਕਰ ਦਿੱਤਾ ਗਿਆ ਸੀ। ਔਰ ਜਿਹੜਾ ਸੈਕਿੰਡ ਹੈਗਾ, ਜਦੋਂ ਇਹ ਸਟੇਅ ਹੋ ਗਿਆ ਤਾਂ ਇਹ ਪਤਾ ਲੱਗਿਆ ਕਿ ਇੱਕ ਹੋਰ ਮੂਵੀ ਜਿਹਦੇ 'ਚ ਦਿਲਜੀਤ ਦੋਸਾਂਝ ਐਕਟ ਕਰ ਰਹੇ ਆ, ਜਿਹੜੀ ਕਿ ਪੰਜਾਬੀ ਦੇ ਵਿੱਚ ਬਣ ਰਹੀ ਹੈਗੀ, ਜੋੜੀ ਦੇ ਨਾਮ ਨਾਲ ਜਿਹੜੀ ਚੱਲ ਰਹੀ ਹੈਗੀ ਮੂਵੀ, ਉਹ ਵੀ ਰਿਲੀਜ਼ ਹੋ ਰਹੀ ਹੈ 5 ਮਈ 2023 ਨੂੰ। ਉਸਦਾ ਪੰਜਾਬ ਦੇ ਵਿੱਚ ਰਿਲੀਜ਼ ਜਿਹੜੀ ਸੀ ਉਹ 5 ਮਈ 2023 ਦੀ ਸੀ, ਔਰ ਵਰਲਡ ਵਾਈਡ ਜਿੱਥੇ ਕੈਨੇਡਾ ਔਰ ਅਮਰੀਕਾ ਹੈਗਾ ਉਹ 4 ਮਈ ਨੂੰ ਉੱਥੇ ਰਿਲੀਜ਼ ਹੋ ਰਹੀ ਸੀ। ਤਾਂ ਉਸਦੇ ਅਗੇਂਸਟ ਵੀ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ, ਜਿਹਦੇ ਵਿੱਚ ਮਾਨਯੋਗ ਅਦਾਲਤ ਨੇ 1/5/2023 ਨੂੰ ਸਟੇਅ ਜਾਰੀ ਕਰ ਦਿੱਤਾ ਹੈ ਕਿ ਇਹ ਮੂਵੀ ਰਿਲੀਜ਼ ਨਹੀਂ ਹੋ ਸਕਦੀ। ਸਰ ਇਹ ਦੋ ਵਰਸ਼ਨ ਹੈਗੇ, ਦੋ ਫਿਲਮਾਂ ਨੇ, ਜਿਹੜੀ ਜੋੜੀ ਪੰਜਾਬੀ ਬਣੀ ਸੀ ਉਹ ਪੰਜਾਬ ਦੇ ਵਿੱਚ ਵੀ ਰਿਲੀਜ਼ ਹੋ ਰਹੀ ਸੀ ਔਰ ਬਾਹਰ ਬਾਕੀ ਕੰਟਰੀਆਂ 'ਚ ਵੀ ਹੋ ਰਹੀ ਸੀ, ਕਿਉਂਕਿ ਬਾਕੀ ਸਾਰੇ ਜਣੇ ਬਹੁਤ ਸਾਰੇ ਪੰਜਾਬੀ ਸਾਡੇ ਬਾਹਰ ਨੇ। ਔਰ ਜਿਹੜੀ ਪਹਿਲੀ ਫਿਲਮ ਸੀ ਜਿਹਦੇ ਵਿੱਚ ਰਿਲਾਇੰਸ ਪ੍ਰੋਡਕਸ਼ਨ ਹਾਊਸ ਹੈਗਾ, ਉਹ ਜਿਹੜੀ ਸੀ ਉਹ ਵੀ ਵਰਲਡ ਵਾਈਜ਼ ਰਿਲੀਜ਼ ਹੋਣੀ ਸੀ, ਉਹਦੇ 'ਚ ਜ਼ਿਆਦਾਤਰ ਬਾਲੀਵੁੱਡ ਦੇ ਆਧਾਰ ਦੇ ਉੱਤੇ ਸਾਰਾ ਕੰਮ ਕੀਤਾ ਜਾਣਾ ਸੀ। ਪਹਿਲਾ ਜਿਹੜਾ ਇਸ਼ੂ ਹੈਗਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ, ਪਹਿਲੀ ਫਿਲਮ ਜਿਹੜੀ ਕਿ ਬੋਲੀਵੁੱਡ ਦੀ ਬਣਾਈ ਗਈ ਸੀ, ਉਹਦੇ ਵਿੱਚ 5 ਡਿਫੈਂਡੈਂਟ ਸੀ, 5 ਨੂੰ ਸਮਨ ਕਰ ਲਿਆ ਗਿਆ ਸੀ। ਉਹਦੇ ਵਿੱਚ ਡਿਫੈਂਡੈਂਟ ਨੰਬਰ 1 ਅਤੇ ਡਿਫੈਂਡੈਂਟ ਨੰਬਰ 2 ਵੱਲੋਂ ਵਕੀਲ ਸਾਹਿਬਾਨ ਪੇਸ਼ ਹੋ ਚੁੱਕੇ ਨੇ। ਪਹਿਲੇ ਡਿਫੈਂਡੈਂਟ ਹੈਗੇ ਨੇ ਗੁਰਮੇਲ ਕੌਰ ਅਤੇ ਦੂਸਰੇ ਹੈਗੇ ਨੇ ਰਿਲਾਇੰਸ ਇੰਡਸਟਰੀ, ਬਾਕੀ ਜਿਹੜੇ ਹੈਗੇ ਉਹਨਾਂ ਵੱਲੋਂ ਕੋਈ ਪੇਸ਼ ਨਹੀਂ ਹੋਇਆ। ਇੱਕ ਦੇ ਵਿੱਚ ਜਿਹੜੀ ਡੇਟ ਹੈਗੀ ਉਹ ਕੱਲ੍ਹ 'ਤੇ ਰੱਖੀ ਗਈ ਹੈ, ਔਰ ਜਿਹੜਾ ਜੋੜੀ ਫਿਲਮ ਹੈਗੀ ਜਿਹੜੀ ਸੈਕਿੰਡ ਜਿਹਦੇ 'ਤੇ ਸਟੇਜ ਜਾਰੀ ਕੀਤਾ ਗਿਆ, ਉਹਦੇ 'ਚ ਡੇਟ 8/5/2023 ਦੀ ਹੈ। ਉਹਦੇ ਵਿੱਚ ਵੀ 5 ਡਿਫੈਂਡੈਂਟ ਹੈਗੇ ਨੇ, ਜਿਸਦੇ ਵਿੱਚ ਰਿਦਮ ਬੋਇਸ, ਦਿਲਜੀਤ ਮੋਸ਼ਨ ਪਿਕਚਰ, ਥਰਡ ਗੁਰਮੇਲ ਕੌਰ, ਚੌਥਾ ਦਿਲਜੀਤ ਦੋਸਾਂਝ, ਅਤੇ ਉਹਦੇ 'ਚ ਹੀਰੋਇਨ ਹੈਗੀ ਨਿਮਰਤਾ ਖਹਿਰਾ। ਇਹਨਾਂ 5 ਨੂੰ ਸਮਨ ਜਾਰੀ ਹੋ ਚੁੱਕੇ ਨੇ ਅਤੇ ਨੈਕਸਟ ਡੇਟ ਇਹਨਾਂ 'ਚ 8/5/2023 ਰੱਖੀ ਗਈ। ਹਾਂ, ਉਹਨਾਂ ਨਾਲ ਕੰਟਰੈਕਟ ਲਿਖਿਆ ਗਿਆ ਸੀਗਾ, ਜਿਹੜਾ ਕੰਟਰੈਕਟ ਲਿਖਿਆ ਗਿਆ ਸੀ ਉਹ 2012 ਦੇ ਵਿੱਚ ਲਿਖਿਆ ਗਿਆ ਸੀ, ਉਸਦੇ ਆਧਾਰ ਦੇ ਉੱਤੇ ਹੀ ਕੋਰਟ ਦੇ ਵਿੱਚ ਗਏ ਹਾਂ ਅਤੇ ਸਟੇਅ ਜਾਰੀ ਕੀਤੇ ਗਏ। ਹਾਂ, ਉਹ ਮੈਂ ਪੜ੍ਹ ਕੇ ਸੁਣਾ ਦਿੰਦਾ ਜੀ ਤੁਹਾਨੂੰ। ਕੰਟਰੈਕਟ ਇਹਨਾਂ ਦਾ ਸਾਈਨ ਹੋਇਆ ਸੀਗਾ, ਉਹਦਾ ਵਰਸ਼ਨ ਹੈ ਕਿ ਜੋ ਕਿ ਮੈਂ ਗੁਰਮੇਲ ਕੌਰ ਪਤਨੀ ਸਰਦਾਰ ਅਮਰ ਸਿੰਘ ਚਮਕੀਲਾ ਵਾਸੀ ਪਿੰਡ ਅਤੇ ਡਾਕਖਾਨਾ ਦੂਰੀ ਲੁਧਿਆਣਾ ਦੀ ਰਹਿਣ ਵਾਲੀ ਹਾਂ,
ਇਹ ਕਿ ਗੁਰਦੇਵ ਸਿੰਘ ਰੰਧਾਵਾ ਪੁੱਤਰ ਸ਼੍ਰੀ ਭਗਵਾਨ ਸਿੰਘ ਰੰਧਾਵਾ ਵਾਸੀ ਪਿੰਡ ਭੋਗਣਾ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਪ੍ਰੋਡਿਊਸਰ ਅਤੇ ਡਾਇਰੈਕਟਰ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਜੀਵਨ 'ਤੇ ਫਿਲਮ ਬਣਾ ਰਹੇ ਹਨ। ਮੈਂ ਆਪਣੇ ਪਰਿਵਾਰ ਵੱਲੋਂ ਫਿਲਮ ਬਣਾਉਣ ਦੀ ਆਗਿਆ ਦਿੰਦੀ ਹਾਂ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੰਦੀ ਹਾਂ। ਮੈਂ 5 ਲੱਖ ਰੁਪਏ ਵਸੂਲ ਪਾ ਰਹੇ ਹਾਂ ਅਤੇ ਸਾਰੇ ਹਕੂਕ ਗੁਰਦੇਵ ਸਿੰਘ ਰੰਧਾਵਾ ਨੂੰ ਦੇ ਦਿੱਤੇ ਹਨ। ਵਾਰਸਾਂ ਵੀ ਪਾਬੰਦ ਰਹਿਣਗੇ। ਇਹ ਕੰਟਰੈਕਟ ਲਿਖਿਆ ਗਿਆ ਸੀ ਜਿਹੜਾ ਕਿ 2012 'ਚ ਸੀ। ਇਸ ਕੰਟਰੈਕਟ ਦੇ ਆਧਾਰ ਦੇ ਉੱਤੇ ਹੀ ਪਟੀਸ਼ਨ ਫਾਈਲ ਕੀਤੀਆਂ ਗਈਆਂ ਨੇ ਅਤੇ ਸਟੇਜ ਜਾਰੀ ਕੀਤੇ ਗਏ ਮਾਨਯੋਗਤਾ ਤੋਂ ਲੈ ਕੇ। ਸਟੇਜ ਜਿਹੜੇ ਨੇ ਉਹ ਹਾਲੇ ਤੱਕ ਜਾਰੀ ਨਹੀਂ। ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX News ਦਾ ਅਫੀਸ਼ੀਅਲ YouTube ਚੈਨਲ।